ਕੇਂਦਰੀ ਮੱਛੀ ਪਾਲਣ ਪਸ਼ੂ ਪਾਲਣ ਤੇ ਡੈਰੀ ਮੰਤਰੀ ਰਾਜੀਵ ਰੰਜਨ ਸਿੰਘ ਅੱਜ ਨਵੀਂ ਦਿੱਲੀ ਚ ਕਿਮੀ ਪਸ਼ੂਗਰਨਾ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਨਗਣਨਾ ਰਾਜਾਂ ਤੇ ਕੇਂਦ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਅਗਲੇ ਸਾਲ ਫਰਵਰੀ ਦਾ ਕਰਵਾਈ ਚਾਵੀਗੀ ਇਸ ਗਿਣਤੀ ਪ੍ਰਕਿਰਿਆ 'ਚ ਲਗਭਗ 1 ਲੱਖ ਖੇਤਰੀ ਅਧਿਕਾਰੀ ਜਿਵੇਂ ਕਿ ਪਸ਼ੂ ਚਿਕਿਤਸਕ ਆਦ ਪਸ਼ੂਆਂ ਦੇ ਡਾਕਟਰ ਸ਼ਾਮਲ ਹੋਣਗੇ ਇਸ ਕਦਮੀ ਦਾ ਉਦੇਸ਼ ਭਾਰਤ ਚ ਪਸ਼ੂ ਸਿਹਤਾਂ ਚ ਨੂੰ ਮਜ਼ਬੂਤ ਕਰਨਾ ਹੈ ਸਰਵੇਖਣ ਦੀਨ ਪਸ਼ੂਆਂ ਦੀਆਂ 15 ਕਿਸਮਾਂ ਨੂੰ ਕਵਰ ਕੀਤਾ ਜਾਵੇਗਾ